ਵਰਿਆਮ ਦੇ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਬਤਾਵਲੀ ਦੀਵਾਨ ਜੀ ਅਜੇ ਪਾਰਾ ਸਨਮਾਨ ਜੋ ਸਾਧ ਸੰਗਤ ਆਪ ਜੀ ਵੱਡਿਆ ਭਾਗਾਂ ਵਾਲੇ ਹੋ ਪੰਤਾਂ ਦੇ ਯੋਗ ਹੋ ਧੰਨਵਾਦ ਕਰਦਾ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਦਾਸਾਂ ਦੇ ਢਾਡੀ ਜਿੱਥੋਂ ਪਹਿਲਾਂ ਰੱਬੀ ਬਾਣੀ ਦਾ ਕੀਰਤਨ ਹੋਇਆ ਹੁਣੇ ਹੁਣੇ ਗੁਰੂ ਘਰ ਦੇ ਹਰ ਗ੍ਰੰਥੀ ਵਿਦਵਾਨ ਜਿਨ੍ਹਾਂ ਨੇ ਗੁਰਬਾਣੀ ਵਿਚਾਰ ਗੁਰਬਾਣੀ ਦੇ ਸ਼ਬਦਾਂ ਨਾਲ ਸਾਡੇ ਮਨ ਜੋੜੇ ਹਨ ਉਹ ਬ੍ਰੰਥ ਦਾਸ ਦੇ ਢਾਡੀ ਜੱਥੇ ਨੂੰ ਕੁਝ ਸਮੇਂ ਵਾਸਤੇ ਤੁਹਾਡੇ ਦਰਸ਼ਨ ਦਾਰੀ ਕਰਨ ਵਾਸਤੇ ਸਮਾਂ ਪ੍ਰਾਪਤ ਹੋਇਆ ਧੰਨਵਾਦ ਕਰਦਾ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਨਹੀਂ ਹਾਂ ਪਰ ਵਾਦੀ ਹਾਂ ਜਦੋਂ ਵੀ ਬੇਨਤੀ ਕਰੀਦੀ ਹੈ ਦਾਸਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹਨ ਔਰ ਸਾਧ ਸੰਗਤ ਜੀ ਤੁਹਾਡਾ ਬਹੁਤ ਬਹੁਤ ਰਿਣੀ ਹਾਂ ਧੰਨਵਾਦੀ ਹਾਂ ਆਪ ਜੀ ਦਾ ਕਿ ਇੱਥੋਂ ਦੀ ਪਿਆਰੀ ਸੰਗਤ ਗੁਰੂ ਕਾ ਬਿਆਸ ਸ਼ਹੀਦਾਂ ਦੀਆਂ ਵਾਰਾਂ ਸਰਵਣ ਕਰਦੀਆਂ ਹਨ ਔਰ ਸਭ ਤੋਂ ਪਹਿਲਾਂ ਆਪ ਜੀ ਦੇ ਦਰਸ਼ਨ ਦਾਰੀ ਦੀ ਖੁਸ਼ੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਫਤਿਹ ਬੁਲਾਓ ਤੇ ਆਪਣੀ ਸੇਵਕ ਢਾਡੀ ਜੱਥੇ ਨੂੰ ਕੁਝ ਕਹਿਣ ਵਾਸਤੇ ਆ ਗਿਆ ਬਖਸ਼ੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਚਾਹਾਂਗਾ ਜਿਹੜੀਆਂ ਗੁਰੂ ਪਿਆਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਛਕ ਲਏ ਜਿਹੜੀਆਂ ਉੱਥੇ ਬੈਠੀਆਂ ਕਿਰਪਾ ਕਰਕੇ ਸੀਗਰ ਹੀ ਬਾਬਾ ਜੀ ਦੇ ਪਾਵਨ ਦਰਬਾਰੇ ਪਹੁੰਚੋ ਤੁਹਾਡੇ ਸ਼ਹੀਦਾਂ ਦੀ ਵਾਰ ਤੁਹਾਡੀ ਸੋਭਾ ਚ ਬੇਨਤੀ ਕਰਨ ਵਾਸਤੇ ਆ ਗਏ ਹਾਂ ਜੋ ਕੱਲ੍ਹ ਨੂੰ ਵੱਡੇ ਘੱਲੂ ਭਾਗਲਾ ਦੇ ਆ ਰਿਹਾ ਪਿਆਰੇ ਖਾਲਸਾ ਜੀ ਕੱਲ੍ਹ ਹੈ 5 ਫਰਵਰੀ 1762 ਈਸਵੀ ਨੂੰ 1,00,000 ਸਿੰਘਾਂ ਦੀ ਗਿਣਤੀ ਹੈ ਜਿਹਦੇ ਵਿੱਚ 50,000 ਉਹਨਾਂ ਦਾ ਪਰਿਵਾਰ ਅਧੀਰ ਹੈ ਤੇ 50,000 ਰਾਖੀ ਫੌਜ ਹੈ ਭਾਈ ਰਤਨ ਸਿੰਘ ਜੀ ਭੰਗੂ ਲਿਖਦਾ ਹੈ ਭਾਈ ਮਹਤਾਬ ਸਿੰਘ ਭੰਗੂ ਜੀ ਦਾ ਪਿਆਰਾ ਪੋਤਰਾ ਕਿਉਂਕਿ ਉਹਦਾ ਪਿਤਾ ਸਰਦਾਰ ਆਏ ਸਿੰਘ ਜੀ ਇਸ ਵੱਡੇ ਘੱਲੂ ਘਰ ਵਿੱਚ ਬੜੀ ਬਹਾਦਰੀ ਵਿਖਾਈ ਉਹਨਾਂ ਦੇ ਲਿਖਤ ਮੁਤਾਬਕ ਕਿ ਇੱਕੋ ਦਿਨ ਦੇ ਵਿੱਚ ਸਾਡਾ ਅਹਿਮ ਸ਼ਬਦਾਨੀ ਨੇ 35,000 ਜਾਂ ਨੁਕਸਾਨ ਕੀਤਾ ਜਿਹੜੀ ਕੰਮ ਦੇ ਵਿੱਚੋਂ ਪਿਆਰੇ ਖਾਲਸਾ ਜੀ 35,000 ਇੱਕੋ ਦਿਨ ਕਤਲੇਆਮ ਸਿੰਘ ਹੋ ਜਾਣ ਫਿਰ ਵੀ ਸਿੱਕੇ ਦੀ ਗੱਲ ਇਹ ਹੈ ਕਿ ਇੱਕ ਨਿਹੰਗ ਸਿੰਘ ਜਗਦੇ ਪਿਆ ਜ਼ਮੀਨ ਦੇ ਉੱਤੇ ਉਹਦੀ ਬਾਹ ਕੱਟੀ ਹੈ ਉਹਦੀ ਲੱਤ ਕੱਟੀ ਹੈ ਇੱਕ ਲੱਤ ਬਚੀ ਹੈ ਇੱਕ ਬਾਹ ਬਚੀ ਹੈ ਅਬਦਾਲੀ ਦੇ ਸਿਪਾਹੀ ਭੰਗੜਾ ਪਾ ਕੇ ਕਹਿ ਰਹੇ ਸਨ ਕਿ ਇੱਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰਾ ਖਾਲਸਾ ਹੈ ਮਰੱਤੇ ਸਦਾ ਵਾਪਸ ਆਉਂਦੇ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰਾ ਖਾਲਸਾ ਸਿਰ ਨਹੀਂ ਉਠਾ ਸਕੇਗਾ ਜਿਸ ਵੇਲੇ ਬੋਲੀ ਵੱਜੀ ਨਿਹੰਗ ਸਿੰਘ ਦੇ ਮਨ ਦੇ ਵਿੱਚ ਉਹ ਜ਼ਖਮੀ ਬੱਬਰ ਸ਼ੇਰ ਵਾਂਗ ਭੰਕਿਆ ਉਹਨੇ ਇੱਕ ਲੱਤ ਤੇ ਖੜੋ ਕੇ ਆਪਣੀ ਹਾਥੇ ਫੜ ਕੇ ਬੰਛਾ ਉੱਚਾ ਕਰਕੇ ਸਿੱਖ ਉਹਨੇ ਕਿਹਾ ਬਦਾਲੀ ਵਿੱਚ ਪਾਈਓ ਕੀ ਕਹਿੰਦੇ ਹੋ ਖਾਲਸਾ ਕੰਮ ਖਤਮ ਹੋ ਗਿਆ ਔਰ ਨਹੀਂ ਅਸੀਂ ਕੁੰਡਲ ਦੀ ਕਟਾਰੀ ਵਿੱਚੋਂ ਪਾਸ ਹੋ ਕੇ ਨਿਕਲੇ ਹਾਂ ਅਜੇ ਖਾਲਸਾ ਬਾਕੀ ਰਹਿੰਦਾ ਹੈ ਜੋ ਤੁਹਾਡੇ ਨਾਲ ਫਿਰ ਕੋਈ ਦਿਮਾਗ ਦੁਆ ਖੜਕਾਵੇ ਇਹ ਬਹੁਤ ਵੱਡਾ ਸਾਡਾ ਇਤਿਹਾਸ ਹੈ ਪਿਆਰੇ ਖਾਲਸਾ ਜੀ ਆਓ ਉਹ ਅਹਿਮਦ ਸ਼ਾਹ ਬਦਾਲੀ ਨੇ 5 ਹਮਲੇ ਦੋਸਤਾਂ ਦੀ ਧਰਤੀ ਤੇ ਕੀਤੇ ਹੈ 5ਵਾਂ ਹਮਲਾ ਉਹਦਾ ਬੜਾ ਨਾਮਵਾਰ ਹੈ 13 ਤੇ 14 ਜਨਵਰੀ 1761 ਈਸਵੀ ਨੂੰ ਪਾਣੀਪਤ ਦੇ ਮੈਦਾਨੇ ਜੰਗ ਵਿੱਚ ਆਪਣੇ ਆਪ ਨੂੰ ਮਰਾਠੇ ਅਗਵਾਉਣ ਵਾਲੀ ਕੌਮ ਅਬਦਾਲੀ ਦੇ ਸਾਹਮਣੇ ਗੋਡੇ ਟੇਕ ਗਏ ਉਹਨਾਂ ਨੂੰ ਤਾਕਤ ਨਾ ਰਹੀ ਕਿ ਅਬਦਾਲੀ ਦਾ ਮੁਕਾਬਲਾ ਕਰ ਸਕੀ ਅਬਦਾਲੀ ਨੂੰ ਹੰਕਾਰ ਹੋ ਗਿਆ ਕਿ ਅੱਜ ਤੋਂ ਬਾਅਦ ਕੋਈ ਵੀ ਕੌਮ ਮੇਰੇ ਸਾਹਮਣੇ ਸਿਰ ਨਹੀਂ ਖਾ ਸਕੇਗੀ ਇੱਕੋ ਇੱਕ ਕੌਮ ਰੰਗਦੀ ਹੈ ਉਹਦੀ ਅੱਖਾਂ ਦੇ ਵਿੱਚ ਰੋਣ ਵਾਂਗ ਉਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰਾ ਖਾਲਸਾ ਉਹਦੇ ਸਿਪਾਹੀਆਂ ਨੇ ਉਹਦੇ ਦਰਬਾਰਾਂ ਨੇ ਦੱਸਿਆ ਕਿ ਸਿੱਖ ਕੌਮ ਦਾ ਇੱਕ ਹਰਿਮੰਦਰ ਸਾਹਿਬ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿੱਚ ਹੈ ਉਹਦੇ ਵਿੱਚ ਸਰੋਵਰ ਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਜੀ ਅਬਦੁੱਲਾ ਸਿੰਘ ਜਖਮੀ ਪਿਆ ਹੋਵੇ ਨਾ ਤੇ ਉਸ ਸਿਰ ਨੂੰ ਉਸ ਕੰਢੇ ਉੱਤੇ ਖੜਿਆ ਜਾਂਦਾ ਤੇ ਉਸ ਅੰਮ੍ਰਿਤ ਜਲ ਦਾ ਚੁਲਾ ਉਹਨੂੰ ਮੂਹੇ ਪਾ ਜਾਵੇ ਫਿਰ ਸਿੰਘ ਜਿਹੜਾ ਹੈ ਚਾਲੀ ਕਲਾਵਾ ਹੋ ਜਾਂਦਾ ਹਰਿਮੰਦਰ ਸਾਹਿਬ ਇੰਨੀ ਸ਼ਕਤੀ ਹੈ ਕਿ ਉੱਥੇ ਜਾ ਕੇ ਮੱਥਾ ਟਿਕਾਇਆ ਜਾਵੇ ਫਿਰ ਸਿੰਘ ਲੰਬਾ ਤਾਂ ਤਿਆਰ ਹੋ ਜਾਂਦਾ ਅਬਦਾਲੀ ਨੂੰ ਅੱਗ ਲੱਗ ਉੱਠੀ ਉਹਨੇ ਕਿਹਾ ਅਸੀਂ ਸ਼ਕਤੀ ਹੈ ਹਰਿਮੰਦਰ ਸਾਹਿਬ ਜੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਉਹਨੇ ਕਿਹਾ ਦਾਣਾ ਥੱਲੇ
Thank you.
ਫੌਜਾਂ ਵਾਲੀ ਨਾਲ ਜੀ ਕਾਬਲ ਦੀ ਧਰਤੀ ਨੂੰ ਤਿਆਰੀ ਕੀਤੀ ਉਹਨੇ ਆਪਣੀ ਫੌਜ ਨੂੰ ਗੁੰਮ ਕੀਤਾ ਕਿ ਪੰਜਾਬ ਦੇ ਪਿੰਡਾਂ ਵੱਜ ਗਿਆ ਸੀ ਜਿਹੜੇ ਘਰਾਂ ਵਿੱਚ ਜਾ ਉਹ ਵੱਜ ਕੇ ਲੁੱਟੋ ਉਸ ਘਰ ਨੂੰ ਸਾੜ ਕੇ ਸਵਾਹ ਕਰ ਦਿਓ ਕੋਲੇ ਨਾ ਕਰਾ ਦਿਓ ਪਾਣੀ ਦੇ ਥਾਂ ਤੇ ਇਹਨਾਂ ਲੋਕਾਂ ਦਾ ਖੂਨ ਪੀ ਕੇ ਆਪਣੀ ਕਾਮ ਚਾਹੋ ਏਦਾਂ ਹੀ ਲੰਘਦੇ ਗਏ ਪਿਆਰੇ ਖਾਲਸਾ ਜੀ ਪਤਾ ਲੱਗ ਗਿਆ ਪੰਥ ਦੇ ਲੀਡਰਾਂ ਨੂੰ ਸਰਦਾਰ ਦੱਸਾ ਸਿੰਘ ਜੀ ਅੱਧ ਵਾਲੀਆ ਪੰਥ ਦਾ ਜਥੇਦਾਰ ਵੱਡਾ ਸਰਦਾਰ ਦੱਸਾ ਸਿੰਘ ਜੀ ਰਾਮ ਗੜੀਆ ਤੇ 11 ਮਿਸਲਾਂ ਦੇ ਸਰਦਾਰਾਂ ਨੇ ਉਹਨਾਂ ਨੂੰ ਪਤਾ ਲੱਗਾ ਕਿ ਬਦਾਮੀ ਬਹੁਤ ਵੱਡੀ ਫੌਜ ਲੈ ਕੇ ਸਾਡਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਉਹ ਕਾਬਲ ਤੋਂ ਤਿਆਰੀ ਕੀਤੀ ਹੈ ਪੰਥ ਦਾ ਸਿਆਣਾ ਲੀਡਰ ਸੀ ਦੋਵੇਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਸਨਮਾਨਯੋਗ ਸਾਧ ਸੰਗਤ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਤਿਆਰੀ ਕਰਦੀ ਅਬਦਾਲੀ ਨੇ ਲਾਹੌਰ ਪਹੁੰਚ ਕੇ ਹੁਕਮ ਜਾਰੀ ਕਰ ਦਿੱਤੇ ਵਾਪੀ ਗੱਠਾ ਜੋ ਮਲੇਰਪੁਰ ਦਾ ਨਵਾਬ ਹੈ ਕਿ 25,000 ਫੌਜ ਤਿਆਰ ਕਰੋ ਜੈਨ ਖੰਡ ਸੂਬੇ ਬਾਰੇ ਸ਼ਰਾਂਭਾ ਪਿਆਰੇ ਖਾਲਸਾ ਜੀ ਕਹਿੰਦਾ ਸਿੰਘਾਂ ਦਾ ਖੁਰਾਕੁਰ ਮਿਟਾਉਣ ਵਾਸਤੇ ਆ ਰਿਹਾ 25,000 ਫੌਜ ਤੁਸੀਂ ਇਕੱਠੀ ਕਰੋ ਭਾਈ ਰਤਨ ਸਿੰਘ ਜੀ ਭੰਗੂ ਦੇਖਦਾ 2,00,000 ਦੇ ਫੌਜ ਅਬਦਾਲੀ ਨੇ ਆਉਂਦੇ ਆਉਂਦੇ ਲਾਹੌਰ ਤੱਕ ਇਕੱਠੀ ਕਰ ਲਈ 1,50,000 ਫੌਜ ਕਾਬਲ ਤੋਂ ਲੈ ਕੇ ਚੜਿਆ ਤੇ 50,000 ਲਾਹੌਰ ਤੱਕ ਆਉਂਦੇ ਆਉਂਦੇ ਨਾਲ ਹੋਰ ਆਪਣੇ ਜਵਾਨ ਪੈਦਾ ਕਰ ਦਿੱਤੇ ਇੱਥੇ ਬਸ ਨਹੀਂ 2,50,000 ਉਹਦੀ ਫੌਜ ਦੀ ਗਿਣਤੀ ਹੋ ਗਈ ਸਿੰਘਾਂ ਨੇ ਘੋੜਾ ਤੇ ਪਾਲੀਆਂ ਕਾਠੀਆਂ ਆਪਣੇ ਪਰਿਵਾਰ ਨੂੰ ਆਪਣੀਆਂ ਮਾਵਾਂ ਭੈਣਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਦਰਿਆ ਵਿਆਹ ਪਰ ਕਰਕੇ ਦਰਿਆ ਸਤਲੁਜ ਟੱਪ ਕੇ ਪਿਆਰੇ ਖਾਲਸਾ ਜੀ ਕੁੱਪ ਰਹੀਦਾ ਕੁੱਪ ਤੇ ਰਹੀਦਾ ਦੋ ਪੈਂਦੇ ਪਿਆਰੇ ਖਾਲਸਾ ਜੀ ਕੁੱਪ ਦੇ ਮੈਦਾਨ ਵਿੱਚ ਚੜ ਕੇ ਸਿੰਘਾਂ ਨੇ ਮੋਰਚਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਬਸ ਨਹੀਂ ਉਹਨਾਂ ਦਾ ਪਰਿਵਾਰ ਜਿਹੜਾ ਨਾਲ ਇੱਕ ਬਹੁਤ ਵੱਡੀ ਰੁਕਾਵਟ ਹੈ ਪਾਣੀ ਸਰਦਾਰ ਦੱਸਾ ਸਿੰਘ ਆਧੂ ਆ ਰਹੀ ਨੇ ਲਾਗੇ ਗੁਰਮਾਨ ਕਹਿੰਦੇ ਹੈ ਕੁੱਪ ਲੀਡਰ ਦੇ ਲਾਗੇ ਉੱਥੋਂ ਦੇ ਮਲਵਈ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਾਡੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਉਸ ਵੇਲੇ ਮਲਵਈ ਸਿੰਘਾਂ ਨੇ ਬੜੀ ਸੇਵਾ ਕੀਤੀ ਉਹਨਾਂ ਦੇ ਬਜ਼ੁਰਗ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਟਿਕਾਣਾ ਦਿੱਤਾ ਪਿਆਰੇ ਖਾਲਸਾ ਜੀ ਉਹਨਾਂ ਦੀ ਸੇਵਾ ਕੀਤੀ 5 ਫਰਵਰੀ 1762 ਈਸਵੀ ਦਾ ਸੁਣ ਜੱਗ ਵਾਲਾ ਸੀ ਉਧਰੋਂ ਬਦਾਲੀ ਇੱਕ ਵੱਡੀ ਕੋਹ ਨਾਲ ਲਾ ਕੇ ਪਹੁੰਚ ਕੇ ਕੁੱਪ ਦੇ ਮੈਦਾਨ ਦੇ ਪਿਆਰੇ ਖਾਲਸਾ ਜੀ ਲੜਾਈ ਸ਼ੁਰੂ ਹੋਣ ਲੱਗੀ ਹੈ ਆਓ ਤੱਕੀਏ ਕੋਪ ਹੁੰਦੀ ਤੇ ਮੈਂ ਡਰ ਕੇ ਮੁਕਾਬਲਾ ਹੋਰ ਹੁੰਦਾ ਇਸ ਗੱਲੋਂ ਵੀ ਬਹੁਤ ਵੱਡਾ ਸਾਨੂੰ ਘਾਟਾ ਪਿਆ ਕਿ ਕੋਪ ਦੇ ਗੋਲੇ ਮਾਰੇ ਸਨ ਪਰ ਮੈਂ ਮਾਰੇ ਮਾਰੇ ਜਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਖਾਲਸੇ ਤੋਂ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਨੀਤੀ ਬਣਾਈ ਕਿ ਸਿੰਘਾਂ ਦੇ ਮਹੀਰ ਦੇ ਨਾਲ ਤੇ ਸਿੰਘਾਂ ਦੇ ਜਥੇ ਜਿਹੜੇ ਅੱਗੇ ਲੜਦੇ ਹੈ ਇਹਨਾਂ ਨੂੰ ਪਾਰ ਪਾਇਆ ਜਾਵੇ ਉਹਨੇ ਆਪਣੇ ਚੋਟੀ ਦਾ ਜਰਨੈਲ ਸਰਪ੍ਰੰਦ ਖਾਨ ਨੂੰ ਜੋ ਬੜਾ ਮੰਨਿਆ ਪ੍ਰੋਣਿਆ ਜਰਨੈਲ ਸੀ ਉਹਨੂੰ ਫੌਜ ਦੇਖ ਕੇ ਸਰਦਾਰ ਦੱਸਾ ਸਿੰਘ ਆਹਲੂਵਾਲੀ ਨੇ ਮੁਕਾਬਲਾ ਕਰਨ ਵਾਸਤੇ ਅੱਗੇ ਭੇਜਿਆ ਇਹਦਾ ਮੁਕਾਬਲਾ ਰੋਕਣ ਵਾਸਤੇ ਸਰਦਾਰ ਜਗ ਸਿੰਘ ਜੁੰਦਰ ਚੱਕੀਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਿਆਰਾ ਦਾਦਾ ਜੀ ਪਿਆਰੇ ਖਾਲਸਾ ਜੀ ਉਹ ਬੜਾ ਮੰਨਿਆ ਕਰੋੜਿਆ ਬੰਦੂਕ ਸੀ ਉਦੋਂ ਤੋੜਿਆ ਵਾਲੀਆਂ ਬੰਦੂਕਾਂ ਹੁੰਦੀਆਂ ਸਨ ਪਿਆਰੇ ਖਾਲਸਾ ਜੀ ਬਰੂਦ ਕੁੱਟ ਕੇ ਭਰਿਆ ਜਾਂਦਾ ਸੀ ਏਡਾ ਮੰਨਿਆ ਕਰੋੜਿਆ ਬੰਦੂਕ ਸੀ ਸਰਦਾਰ ਚੰਦ ਸਿੰਘ ਜੀ ਸ਼ੁਕਰ ਚੱਕੀ ਆ ਕਿ 5 ਸਿਪਾਹੀ ਉਹਨੂੰ ਬਰੂਦ ਭਰ ਕੇ ਦਿੰਦੇ ਤੇ ਕੱਲੇ ਤੋੜੇ ਤੱਕ ਹੀ ਦਿੰਦਾ ਪਿਆਰੇ ਖਾਲਸਾ ਜੀ ਸਰਬਰੰਦ ਖਾਨ ਆ ਗਿਆ ਸਰਦਾਰ ਚੰਦ ਸਿੰਘ ਦੇ ਸਾਹਮਣੇ ਸਰਦਾਰ ਜਦ ਸਿੰਘ ਨੇ ਬਦੋਂਗ ਦੀ ਨਾਲੀ ਕਰਕੇ ਬੁਲੰਦ ਖਾਂ ਦੀ ਛੱਤ ਪਰ ਕਿਆ ਡਾਲ ਲਿਆ ਤੇਰਾ ਕਾਲ ਅਵੇ ਨਾ ਸੰਭਲ ਇਹ ਬੇਨਤੀ ਕੀਤੀ ਜਾਂਦੀ ਹੈ ਸੁਣਨੀ ਕਿਰਪਾ ਤੱਕ Thank you.
Yeah.
سوري بيتي سيطلا جد سن سردار ركو يا بحادري پرلو تا سنسار سردار جد سن بي بدور دي وچو نکلی بولی احمد شاہد علی دے کوٹی دے جنرل سر براد خان نے لرد سیو پہنے سی اسی سر سنگی اپنے بچے میں پردو سباب سا مطلب پہنو آتے عجائب گھر کے نام دکھا دے جتے ساگے شیدہ سنگیا دیا ہوں تصویرا پہنیا انگیا سجو پایا کہ مدانے جان پہ لگ دے سن پیارے خالصہ کی ٹالا بکھایا کرو اور بلوگا بکھایا کرو گولیاں بکھایا کرو پاریا جڑی ہیں جنہیں ساگے بزرگا نے بڑے کلو کارے لڑے چھوٹے کلو کارے لڑے جی میں ماوا پیڑا نے میر منو دی جیل اندر سو سمان دا تیسرا حصہ یہ ساری تصویر اوکے دساندی ہے کہ کنا خون دلیا سارے دیکھدا میرے ماوا پیڑا نے اپنے پیارے بچوں کے کال دی اپنے منہ وچ پوارے واہگرو دا پاڑا منیا پیارے خالصہ جی سچی ایویں نہیں ملی یہ کلو کارا جڑا لڑیا جا رہا ہے احمد شاہ بدالی نے چوٹیلا جنرل جن نے اپنی چھاتی بھی رکھے وہاں پہ لوہے کے سات تبے بیڑے سن لوہے کے سجو دے اتنے انہوں بڑا وڈا مان سی کہ کوئی گولی کوئی تیر کوئی بچہ کوئی تلوار کا پھٹ میرے سر تے نہیں لگ سکے گا پر انہوں یہ سی پتا کہ میرا مقابلہ چوٹی نے جگایا سردار چر سنگھ چھپت کے نہ پایا سردار چر سنگھ چھپت چکی ہے میں مدور دی رائی سبھی کر کے کیا کہا دیا اگلی دنیا میں جان والا کیا ہو سور میں نے توڑا دھاگ دیتا بچی ہوئی گولی لوگ سٹوک کٹ کے سات لوگ تھلے پیر کے شادی میں جو پار گئی لٹ کے پوڑے تو تھلے ڈگاری موت ہو گئی ابدالی وال سردار چر سنگھ سپر چکیرا بڑا پورا چیلیا ابدالی بگانے ماما نے کوٹا کے دروان والے میرا مقابلہ کر ابدالی جے کتے سردار چر سنگھ سپر چکیرا مقابلہ کردا تے لڑائی پیارے خاصا ایتھے ختم ہو جانی سی اے جڑے جڑے بڑے بڑے لیڈر ہوندے ہیں نا اے بگانے ماما نے پوت مروا کے ڈوندے ہیں آپ پیچھے نو پائے دے پیارے خاصا جی کہتے ہیں ہوندے جنرل سردار شام سنگھ تالی بھر کے کہتے ہیں جنرل ساتھی ہوندے ہیں اکالی بابا پورا سنگھ بھر کے جنرل ہری سنگھ نلوا جی دے بھر کے پیارے خالصہ جی جہے آپ اگے بھر کے بنانے جنگ میں ٹیگا لا دے دیتا پرانا ان نے چھپائی بھی اپنے لیڈروں نے نالو دادا کنبا کے بھر کے شیخ جب پرانا کر دے سن کہ جہے ماما دے پت مرمونا جاندے ہوں لیڈر جڑے پیارے خالصہ جی پیچھے پائے گئے ہم اور چھپائے نہیں ہوئے تو پیچھے دار کرنا پیچھے رہے گا کیونکہ انہیں سنم ڈا کے مروا دے ہیں میں گھر کرنی چاہوں رہا کہ سردار جن سنگھ چکر کے لئے کیا بنا لی بگانے ماما دے پیرا دے دیر گوا کے دونا ہے یلا اپنی ماما دھو پیتا ہی میرا مقابلہ کر کوڑا چھیڑ کے مدانے جا کے پیچھے اٹھیا اینے جہان خان ہو کے کیتا بڑا منیا پرونا بٹھا رہے اینہ سوار چل سنگھ چکر چکے نو کیرے میں جلائے رہے ہیں بوجھ احمد شاہ بدالی کی اے نیز سی انہوں پتا لگ چکا ہے کہ اینہ دا پروار اینہ دا بھیر گرمے پینڈ مرگیاں نے کارگر بیٹھا ہویا ہے انہیں اپنے جہان خان باپ جیڑا سوپے دار ہے سراندہ اور نالو والا لشمی نرائن ਮੇਰ ਕੋਟਲੋ ਦਾ ਕੀ ਖਰਖਾਨ ਇਹਨਾਂ ਤਿੰਨਾਂ ਨੂੰ ਭਾਵ ਦੇ ਕੇ ਹੁਕਮ ਕੀਤਾ ਕਿ ਜਾਣੇ ਇਹਨਾਂ ਦੇ ਪਰਿਵਾਰ ਦੇ ਨਾਲ ਟੁੱਟ ਕੇ ਪੈ ਜਾ ਕੋਈ ਬੀਬੀ ਕੋਈ ਭੈਣ ਕੋਈ ਗਮੋ ਦੀ ਨਾ ਨਹੀਂ ਛੜਨੀ ਜੋਗੀ ਅੱਜ ਮੈਂ ਇਹਨਾਂ ਦਾ ਨਾਮ ਨਿਸ਼ਾਨ ਮਟਾਉਣ ਵਾਸਤੇ ਆਇਆ ਹਾਂ ਸਾਧ ਸੰਗਤ ਇੱਥੇ ਮੈਂ ਗੱਲ ਕਰਨੀ ਚਾਹਾਂਗਾ ਕਿ ਮਲਵਈ ਸਿੰਘਾਂ ਨੇ ਦਰਵਾਜ਼ੇ ਦਾ ਬੰਦ ਕਰਦਾ ਹੈ ਪਰ ਇਹਨਾਂ ਨੇ ਦਰਵਾਜ਼ੇ ਤੋੜ ਕੇ ਕਿਸਾਨਿਆਂ ਵਾਲੇ ਤੇ ਕਮਰਿਆਂ ਕਰਨੀ ਸ਼ੁਰੂ ਕਰ ਦਿੱਤੀ ਕਈਆਂ ਬੀਬੀਆਂ ਭੈਣਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਜਿਹੜੇ ਮਰਾਰੇ ਸਨ ਉਸ ਵੇਲੇ ਬਾਜਰੇ ਦੇ ਜਿਵੇਂ ਆਪਾਂ ਕੁੱਪ ਲਾਉਂਦੇ ਹਾਂ ਪਹਿਲੇ ਖਾਲਸਾ ਜਿਵੇਂ ਪਰਾਲੀ ਦੇ ਆਪਾਂ ਦੰਦੇ ਲਾਉਂਦੇ ਹਾਂ ਇਹ ਤਾਂ ਕੁੱਪਾਂ ਵਿੱਚ ਜਾ ਕੇ ਬੀਬੀਆਂ ਭੈਣਾਂ ਡੁੱਬ ਗਈਆਂ ਇਹਨਾਂ ਜਵਾਨਿਆਂ ਨੇ ਇਹਨਾਂ ਬੇਈਮਾਨਾਂ ਨੇ ਇਹਨਾਂ ਪਠਾਨਾਂ ਨੇ ਇਹਨਾਂ ਅਫਗਾਨਿਸਤਾਨ ਦੇ ਰਹਿਣ ਵਾਲੇ ਜਵਾਨਿਆਂ ਨੇ ਅੱਗ ਲਾ ਕੇ ਮਰੀਆਂ ਮਾਵਾਂ ਭੈਣਾਂ ਨੂੰ ਤਾਂ ਸਾਰਿਆਂ ਪਹਿਲੇ ਖਾਲਸਾ
ਮਾਂ ਜਿਹੜੀ ਗਰਭਵਤੀ ਹੈ ਭੈਣ ਜਿਹੜੀ ਗਰਭਵਤੀ ਹੈ ਇਹਨਾਂ ਲੇਜੇ ਮਾਰ ਮਾਰ ਕੇ ਉਹਨੂੰ ਜਾਨ ਕੱਢੀ ਪਿਆਲੇ ਖਾਲਸਾ ਜੀ ਕੁਝ ਰਹਿੰਦੀਆਂ ਹੋਈਆਂ ਬੀਬੀਆਂ ਭੈਣਾਂ ਜਿਹਨਾਂ ਧੱਕਾ ਬੰਨ ਲਈਆਂ ਜਿਹੜੀਆਂ ਬੀਬੀਆਂ ਭੈਣਾਂ ਬਚਦੀਆਂ ਬਦਾਨੀ ਨੇ ਕਿਹਾ ਇਹਨਾਂ ਦਾ ਧੱਕਾ ਬੰਨ ਲਓ ਧੱਕਾ ਬੰਨ ਕੇ ਵਜ਼ੀਰ ਸ਼ਾਹ ਬਣੀ ਜੋ ਅਬਦਾਲੀ ਦੇ ਨਾਲ ਹੀ ਕਾਬਲ ਤੋਂ ਚੜ ਕੇ ਆਇਆ ਸੀ ਉਹਨੇ ਲੜਕਾਵਾ ਮਾਰ ਕੇ ਕਿਹਾ ਸਿੰਘੋ ਕਦੇ ਸਮਾਂ ਸੀ ਤੁਸੀਂ ਹਿੰਦੂਆਂ ਦੀਆਂ ਧੀਆਂ ਭੈਣਾਂ ਬਚਾਉਂਦੇ ਸੀ ਅੱਜ ਤੁਹਾਡੀਆਂ ਧੀਆਂ ਭੈਣਾਂ ਲੈ ਜਾਂਦੇ ਜਾਂ ਬੰਨ ਕੇ ਕਾਬਲ ਦੀ ਧਰਤੀ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਮੁੱਲ ਮਕਾ ਬੋਲੀ ਵੱਜਦੀ ਸਰਦਾਰ ਜੱਸਾ ਸਿੰਘਾਂ ਨੂੰ ਵਾਲੀਆਂ ਦੇ ਮਨ ਦੇ ਵਿੱਚ ਉਹਨੇ ਸਰਦਾਰ ਸ਼ਾਮ ਸਿੰਘ ਨਾਲ ਦੀ ਵਾਲਾ ਬੜਾ ਮੰਨਿਆ ਪੁਰਾਣਾ ਲੀਡਰ ਹੈ ਕਰੇ ਖਾਲਸਾ ਜੀ ਪੰਥ ਦਾ ਜੋਧਾ ਜਰਨੈਲ ਹੈ ਇਹ ਹੈ ਸਰਦਾਰ ਆਰਾਏ ਸਿੰਘ ਭੰਗੂ ਦਾ ਸਹੁਰਾ ਯਾਦ ਰੱਖਣਾ ਸਰਦਾਰ ਸ਼ਾਮ ਸਿੰਘ ਨਾਲ ਦੀ ਪਿੰਡ ਹੈ ਜ਼ਿਲ੍ਹੇ ਮਸਾਂ ਦੇ ਵਿੱਚ ਉੱਥੋਂ ਦੇ ਰਹਿਣ ਵਾਲਾ ਲੀਡਰ ਬੁੱਢਾ ਤੌਰ ਤੇ ਤਮਾ ਲੋਕ ਕਰੇ ਖਾਲਸਾ ਜੀ ਕੱਚੇ ਰਹਿੰਦੇ ਸਨ ਕਾਲੇ ਦੀ ਧਰਤੀ ਵਿੱਚ ਇਹ ਬੁੱਢੇ ਦੌਰੇ ਨਾਲ ਹੀ ਉਸ ਵੇਲੇ ਸਰਦਾਰ ਸ਼ਾਮ ਸਿੰਘ ਨਾਲ ਦੇ ਵਾਲਾ ਸੀ ਜਦੋਂ ਸਰਦਾਰ ਮਹਤਾਬ ਸਿੰਘ ਭੰਗੂ ਸਿਰ ਵੱਡੀ ਮਾਤਕ ਚੌਧਰੀ ਮੱਸੇ ਰੰਗਣ ਦਾ ਤੁਰਿਆ ਸੀ ਇਹ ਸਰਦਾਰ ਸ਼ਾਮ ਸਿੰਘ ਬਹਾਦਰ ਵੀ ਉਦੋਂ ਵੇਖੀ ਸੀ ਸਰਦਾਰ ਮਹਤਾਬ ਸਿੰਘ ਸੂਰਮੇ ਦੀ ਇਹਦੇ ਕਾਰਨ ਸਰਦਾਰ ਰਾਏ ਸਿੰਘ ਪੁੱਤਰ ਪੈਦਾ ਹੋਇਆ ਉਹ ਵੱਡਾ ਕਹਿੰਦੇ ਖਾਲਸਾ ਜੀ ਵੱਡੇ ਘੱਲੂ ਘਰ ਦੇ ਬਹਾਦਰੀ ਵੇਖ ਕੇ ਇਹਨੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਸਰਦਾਰ ਰਾਏ ਸਿੰਘ ਦੇ ਨਾਲ ਕੀਤਾ ਪਿਆ ਖਾਲਸਾ ਜੀ ਰਾਏ ਸਿੰਘ ਦਾ ਪਿਆਰਾ ਪੁੱਤਰ ਆ ਗਏ ਭਾਈ ਰਤਨ ਸਿੰਘ ਜੀ ਭੰਗੂ ਜਿਹਨੇ ਪੰਥ ਪ੍ਰਚੀਨ ਲਿਖਿਆ ਬਹੁਤ ਖਾਲਸਾ ਪੰਥ ਦਾ ਮਹਾਨ ਭਾਗ ਹੈ ਆ ਸਰਦਾਰ ਰਾਏ ਸਿੰਘ ਤੇ ਸਰਦਾਰ ਸ਼ਾਮ ਸਿੰਘ ਨਾਦੀ ਵਾਲੀ ਨੂੰ ਭੇਜਿਆ ਉਸ ਵੇਲੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੇ ਆਪਣੀਆਂ ਧੀਆਂ ਪਰਾਂ ਦਾ ਧੱਕਾ ਜਾ ਕੇ ਚੜਾਵੋ ਪਹੁੰਚੇ ਦੋਵੇਂ ਸੁਰਮੇ ਮਾਰ ਕੇ ਨਿਕਾਲਣ ਦਾ ਝੋਟਾ ਵਜ਼ੀਰ ਸ਼ਾਹ ਵਾਲੀ ਨੂੰ ਕਹਿ ਲੱਗਾ ਵਜ਼ੀਰ ਸ਼ਾਹ ਵਾਲੀ ਇੱਕ ਵਾਰੀ ਆਪਣੇ ਮੂੰਹ ਦੇ ਵਿੱਚੋਂ ਗੱਲ ਕਰਕੇ ਵਿਖਾ ਕਿ ਤੁਹਾਡੀਆਂ ਧੀਆਂ ਪਰ ਅਸੀਂ ਬੰਨ ਕੇ ਲੈ ਚੱਲੇ ਹਾਂ ਕਾਬਲ ਦੀ ਧਰਤੀ ਨੂੰ ਤਿੜਾ ਤਿੜਾ ਹੋਏ ਵਜ਼ੀਰ ਸ਼ਾਹ ਵਾਲੀ ਨੇ ਗੱਲ ਕਹਿ ਦਿੱਤੀ ਮਾਰ ਕੇ ਨਿਕਾਲਣ ਦਾ ਝੋਟਾ ਜਿਵੇਂ ਸਰਦਾਰ ਸ਼ਾਮ ਸਿੰਘ ਨਾਲ ਦੀ ਨੇ Thank you.
سلطان دروازے دے سامنے جا کے توفیق کیتی ایتھوں گولا چلایا
ਦੇਖੋ ਕਿੰਨੀ ਦੂਰ ਤੇ ਹੈ ਗੋਲਾ ਜਾ ਕੇ ਡਿੱਗਾ ਮੰਦਰ ਸਾਹਿਬ ਦੇ ਉੱਤੇ ਇੱਟਾਂ ਦੂਰ ਤੋਂ ਡਿੱਗੀਆਂ ਇੱਕ ਇੱਕ ਉੱਥੋਂ ਉੱਡਦੀ ਆ ਬਦਾਲੀ ਦਾ ਨਾਸਾ ਉੱਤੇ ਆ ਕੇ ਵੱਜੀ ਉਹਨੂੰ ਕੈਂਸਰ ਬਣਿਆ ਕੈਂਸਰ ਦੀ ਮੌਤ ਨਾਲ ਮਰਿਆ ਗੁਰੂ ਘਰ ਨਾਲ ਕਦਮ ਦੇਖੀਆਂ ਮਰਨ ਮੌਤ ਕੁੱਤਿਆਂ ਦੀ ਹਰ ਮੰਦਰ ਢਾਇਆ ਸਾਡਾ ਉਹਨੇ ਇੱਥੇ ਬਸ ਨਹੀਂ ਅੰਮ੍ਰਿਤਸਰ ਦਾ ਸਾਰਾ ਗੰਦਾ ਕੂੜਾ ਕਰਕੇ ਇਕੱਠਾ ਕਰਕੇ ਸਰੋਵਰ ਸਾਹਿਬ ਜੀ ਦੇ ਵਿੱਚ ਲਿਆ ਕੇ ਪਾਇਆ ਉਹਨੇ ਪੂਰਿਆ ਗਾਈਆਂ ਵੱਢ ਕੇ ਖੂਨ ਪਾਇਆ ਪਿਆਰੇ ਖਾਲਸਾ ਜੀ ਉੱਤੇ ਮਿੱਟੀ ਪਾ ਕੇ ਜੋ ਵੀ ਕੇ ਸੁਹਾਗਾ ਮਾਰ ਕੇ ਚਲਾ ਗਿਆ ਲਾਹੌਰ ਦੇ ਬਾਦਸ਼ਾਹ ਦੇ ਵਿੱਚ ਕਰਕਲੀਓ ਸਿੰਘਾਂ ਦੇ ਸਿਰ ਵੱਡੇ 50 ਗੱਡੇ ਕੱਲੂ ਕੱਲ ਵਿੱਚੋਂ ਕੁਝ ਖੂਨ ਭਾਂਡਿਆਂ ਨੇ ਪਾ ਕੇ ਉਹਨੇ ਲਾਹੌਰ ਜਾਂ ਖਾਸ ਕਰ ਮਸੀਤਾਂ ਅੱਗੇ ਧੋਤੀਆਂ ਬਾਦਸ਼ਾਹ ਲਾਹੌਰ ਦੇ ਕਿਲੇ ਦੇ ਕਿਲੇ ਦੇ ਸਿੰਘਾਂ ਦੇ ਮਨਾਰੇ ਸਿਰਾਂ ਨੇ ਬਣਾਏ ਗਏ ਉੱਥੇ ਦੀਵੇ ਜਗਾਏ ਗਏ ਪਿਆਰੇ ਖਾਲਸਾ ਜੀ ਅਰ ਸਿੰਘਾਂ ਤੇਰੇ ਸਿਰ ਦੀ ਕੀਮਤ ਪੈਂਦੀ ਹੈ ਪੌਣੇ ਕੰਮ ਹੈ ਉਹ ਜਾਲਮ ਜਿਹੜਾ ਬਦਾਲੀ ਕਿਸਮ ਤੋਂ ਆ ਰਿਹਾ ਸੀ ਤੇਰੇ ਕੋਲ ਹਾਰ ਗਿਆ ਭਾਵੇਂ ਧਰਿਆ ਕਿੰਨੀਆਂ ਵੀ ਸ਼ਹੀਦੀਆਂ ਹੋਈਆਂ ਪਰ ਤੁਸੀਂ ਜਿੱਤੇ ਆ ਬਦਾਲੀ ਨੂੰ ਹਾਰ ਦਾ ਰੋਲ ਦੇਖਣਾ ਇਹ ਛੇਵਾਂ ਹੁੰਦਾ ਹੈ ਜੋ ਸਾਡਾ ਬਹੁਤ ਵੱਡਾ ਜਾਲੀ ਦੇ ਮਾਰੇ ਨੂੰ ਨੁਕਸਾਨ ਹੋਇਆ ਹੋਈਆਂ ਪੰਦਰਾਂ ਕਰਕੇ ਦੀ ਮਾਫ਼ੀ ਤਬਾਦ ਕਰਦਾ ਗੁਰੂ ਗੋਬਿੰਦ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਕ੍ਰਿਸ਼ਨ ਦਾ ਪ੍ਰਵਾਦ ਆਓ ਜੀ ਨੇ ਮਾਇਆ ਭੇਜੀ ਸਤਿਗੁਰੂ ਜੀ ਤੁਹਾਡੇ ਖਜ਼ਾਨੇ ਕਬੂਲ ਰੱਖਣ ਨਾਮ ਦੀ ਅਰਦਾਸਾਂ ਵਾਸਤੇ ਨਿਹਾਲ ਕਰਨ ਆਸ ਰੱਖਦਾ ਕਿ ਅੱਗੋਂ ਤੋਂ ਵੀ ਜਦੋਂ ਆਵਾਂਗੇ ਤੁਸੀਂ ਸਾਰਾ ਇੱਕ ਮਾਣ ਸਤਿਕਾਰ ਕਰਦੇ ਰਹੋਗੇ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਦਾ ਬੜੇ ਮਲਾਪੇ ਹਨ ਬੜੇ ਪਿਆਰ ਵਾਲੇ ਹਨ ਵਿਦਵਾਨ ਹਨ ਮਹਾਰਾਜ ਜੀ ਉਹਨਾਂ ਨੂੰ ਚੜ੍ਹਦਾ ਕਲਾ ਬਾਦਸ਼ਾਹ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਗੁਰੂ ਕ੍ਰਿਸ਼ਨ ਸੰਗਤ ਦਾ ਵੀ ਹਨ ਪ੍ਰਵਾਦੀ ਹਨ ਆਓ ਹਰਿਮੰਦ ਸਾਹਿਬ ਦਾ ਜਾਪ ਕਰਕੇ